ਉਸ ਲੇਡੀ ਸੱਚ ਨਾ ਵੀ ਮੇਰੀ ਗੱਲ ਹੋਈ ਅੱਜ, ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ, ਇਹੋ ਜਿਹੇ ਕਮਲੇ ਜਿਹੜੇ ਨੇ ਨਾ ਇਹ ਜ਼ਿਆਦਾ ਟਾਈਮ ਨਹੀਂ ਰਹਿੰਦੇ ਹੁੰਦੇ। ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਗੁਬਾਇਆ ਵੱਲੋਂ ਲੇਡੀ SHO ਲਵਮੀਤ ਕੌਰ ਨੂੰ ਧਮਕਾਉਣ ਅਤੇ ਬਦਤਮੀਜ਼ੀ ਨਾਲ ਬੋਲਣ ਦੀ ਵਾਇਰਲ ਹੋਈ ਆਡੀਓ ਤੋਂ ਬਾਅਦ ਗੁਬਾਇਆ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਨੇ। ਭਗਵੰਤ ਮਾਨ ਨੇ ਗੁਬਾਇਆ ਵੱਲੋਂ ਵਰਤੇ ਸ਼ਬਦਾਂ ਦੀ ਨਿੰਦਿਆ ਕੀਤੀ ਹੈ ਅਤੇ ਨਾਲ ਹੀ ਲੇਡੀ SHO ਦੀ ਦਲੇਰੀ ਨੂੰ ਸਰਾਇਆ ਵੀ ਹੈ। ਇਸ ਦੌਰਾਨ ਉਹਨਾਂ ਕੈਪਟਨ ਸਰਕਾਰ ਨੂੰ ਲੰਮੇ ਹੱਥੀ ਲਿਆ। ਉਸ ਲੇਡੀ SHO ਨਾਲ ਵੀ ਮੇਰੀ ਗੱਲ ਹੋਈ ਅੱਜ, ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ, ਇਹੋ ਜਿਹੇ ਕਮਲੇ ਜਿਹੜੇ ਨੇ ਨਾ ਇਹ ਜ਼ਿਆਦਾ ਟਾਈਮ ਨਹੀਂ ਰਹਿੰਦੇ ਹੁੰਦੇ। SHO ਨੇ ਤਾਂ ਮੁੜ ਕੇ DSP ਬਣਨਾ, SP ਬਣਨਾ, SSP ਬਣਨਾ, IG ਬਣਨਾ, ਠੀਕ ਹੈ ਨਾ? ਇਹਦਾ ਕੀ ਹੈ, 2022 'ਚ ਲੋਕ ਹਰਾ ਦੇਣਗੇ, ਕੀ ਰਹਿ ਜੂਗਾ ਇਹ? ਔਰ ਕਿਸ ਤਰ੍ਹਾਂ ਬੋਲ ਰਿਹਾ ਉਹ, ਤੂੰ ਆਪਣਾ ਜੁੱਲੀ ਬਿਸਤਰਾ ਚੱਕ ਲੈ, ਇਹਦਾ ਮਤਲਬ ਅੱਛਾ ਇਹਦਾ ਮਤਲਬ ਕਾਂਗਰਸ ਦੇ ਜਿਹੜੇ ਬੰਦੇ ਨੇ, ਜਿਹੜੇ ਕਾਂਗਰਸੀ ਨੇ, ਉਹ ਬਿਨਾਂ ਕਾਗਜ਼ਾਂ ਤੋਂ ਜਾ ਸਕਦੇ ਨੇ, ਚਾਹੇ ਉਹਨਾਂ ਦੇ ਮੋਟਰਸਾਈਕਲ ਨੇ, ਚਾਹੇ ਉਹਨਾਂ ਦੀਆਂ ਕਾਰਾਂ ਨੇ। ਇੱਦਾਂ ਹੀ ਪਹਿਲਾਂ ਫਿਰ ਗਾਲੀ ਕਰਦੇ ਰਹੇ ਨੇ, ਉਦੋਂ ਕਿਉਂ ਗਾਲਾਂ ਕੱਢਦੇ ਸੀ ਇਹ ਫਿਰ ਵੀ ਐਂ ਕਰਦੇ ਨੇ? ਸੋ ਇੱਥੋਂ ਹੀ ਸਿੱਧ ਹੁੰਦਾ ਕਾਨੂੰਨ, ਉਹ ਕਾਨੂੰਨ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਹਦੀ ਸਰਕਾਰ ਬਣ ਗਈ ਕਾਨੂੰਨ ਉਹਦਾ ਹੈ, ਸੰਵਿਧਾਨ ਹੈ ਬਾਬਾ ਅੰਬੇਦਕਰ ਦਾ ਲਿਖਿਆ ਹੋਇਆ, ਕਾਨੂੰਨ ਦਾ ਮਤਲਬ ਸਾਰਿਆਂ ਵਾਸਤੇ ਹੈ, ਚਾਹੇ ਮੰਤਰੀ ਹੈ ਚਾਹੇ ਸੰਤਰੀ ਹੈ। ਸੋ ਇਹ ਮੈਂ ਸਖਤ ਲਫਜ਼ਾਂ 'ਚ ਖੰਡਨ ਕਰਦਾ ਕਿ ਉਹ ਜਿਹੜਾ ਫਾਜ਼ਿਲਕਾ ਦਾ ਜਿਹੜਾ MLA ਹੈ, ਉਹਨੇ ਜਿਸ ਤਰੀਕੇ ਨਾਲ ਪੁਲਿਸ ਫੋਰਸ ਨੂੰ SHO ਲੇਡੀ SHO ਨੂੰ ਜਿਸ ਤਰੀਕੇ ਨਾਲ ਬੋਲਦਾ, ਉਹ ਮੈਂ ਉਹਦੀ ਨਿਖੇਧੀ ਕਰਦਾ।